ਸ਼੍ਰੀਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਸੈਕਟਰ 24 ਪੁਲਿਸ ਚੌਕੀ ਦੀ ਟੀਮ ਨੇ ਇੱਕ ਸ਼ਾਤਰ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜਿਹਦੇ ਕੋਲੋਂ ਇੱਕ ਦੋ ਨਹੀਂ ਬਲਕਿ ਮਹਿੰਗੀਆਂ 14 ਸਾਈਕਲਾਂ ਬਰਾਮਦ ਕੀਤੀਆਂ, ਜਿਹੜੀਆਂ ਕਿ ਉਸਨੇ ਚੰਡੀਗੜ੍ਹ ਦੇ ਵੱਖ ਵੱਖ ਏਰੀਆ 'ਚੋਂ ਚੋਰੀ ਕੀਤੀਆਂ ਸੀ। ਦਰਅਸਲ ਹਰਸ਼ ਗਾਂਧੀ ਨਾਮ ਦਾ ਇੱਕ ਸ਼ਖਸ ਸੀ ਜਿਹੜਾ ਸੈਕਟਰ 38 ਦਾ ਰਹਿਣ ਵਾਲਾ ਸੀ। ਉਹ 6 ਨਵੰਬਰ ਦੁਪਹਿਰੇ 12 ਕੁ ਵਜੇ ਸੈਕਟਰ 25 ਦੇ UIET 'ਚ ਜਾਂਦਾ ਹੈ ਅਤੇ ਜਦੋਂ ਸ਼ਾਮ ਨੂੰ ਆਪਣਾ ਕੰਮ ਖਤਮ ਕਰਨ ਤੋਂ ਬਾਅਦ 5 ਵਜੇ ਦੇ ਕਰੀਬ ਵਾਪਸ ਜਾਣ ਲੱਗਦਾ ਤਾਂ ਉਹ ਦੇਖਦਾ ਵੀ ਉਹਦੀ ਸਾਈਕਲ ਉੱਥੋਂ ਦੀ ਗਾਇਬ ਹੈ, ਜਿਸ ਤੋਂ ਬਾਅਦ ਉਹ ਪੁਲਿਸ ਕੰਟਰੋਲ ਰੂਮ 'ਤੇ ਇਤਲਾਹ ਦਿੰਦਾ ਹੈ ਅਤੇ ਪੁਲਿਸ ਨੇ ਉਹਦੇ ਬਿਆਨਾਂ 'ਤੇ 7 ਨਵੰਬਰ ਨੂੰ ਜਿਹੜੀ ਕੀ ਹੈ ਅਣਪਛਾਤੇ ਵਿਅਕਤੀ ਦੇ ਖਿਲਾਫ ਇੱਕ FIR ਦਰਜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਖੰਗਾਲੇ ਅਤੇ ਇੱਕ ਕੈਮਰੇ ਵਿੱਚ ਉਸਦੀ ਇੱਕ ਵੀਡੀਓ ਸਾਹਮਣੇ ਆ ਗਈ ਸੀ ਜਿਸ ਵਿੱਚ ਉਹ ਸਾਈਕਲ ਚੋਰੀ ਕਰਦਾ ਹੋਇਆ ਲੈ ਜਾ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਸੈਕਟਰ 24 ਪੁਲਿਸ ਚੌਕੀ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਸੁਪਰਵਿਜ਼ਨ ਵਿੱਚ ਪੁਲਿਸ ਨੇ ਕਈ ਟੀਮਾਂ ਬਣਾਈਆਂ ਅਤੇ ਪੁਲਿਸ ਨੇ ਹੋਰ ਵੀ CCTV ਕੈਮਰੇ ਖੰਗਾਲੇ, ਜਿਸ ਤੋਂ ਬਾਅਦ ਪੁਲਿਸ ਨੇ ਕਾਮਯਾਬੀ ਹਾਸਲ ਕਰਦਿਆਂ ਹੋਇਆ ਕੈਥਲ ਦੇ ਰਹਿਣ ਵਾਲੇ ਸੱਤਿਆਵਾਨ ਨੂੰ ਹਰਸ਼ ਗਾਂਧੀ ਦੇ ਚੋਰੀ ਦੇ ਸਾਈਕਲ ਦੇ ਨਾਲ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਹਨੂੰ ਕੋਰਟ 'ਚ ਪੇਸ਼ ਕੀਤਾ। ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਉਹਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਅਤੇ ਰਿਮਾਂਡ ਦੇ ਦੌਰਾਨ ਪੁਲਿਸ ਦੇ ਸਾਹਮਣੇ ਉਸਨੇ ਕਈ ਖੁਲਾਸੇ ਕੀਤੇ ਵੀ ਉਸਨੇ ਚੰਡੀਗੜ੍ਹ ਤੋਂ ਹੋਰ ਵੀ ਕਈ ਏਰੀਏ 'ਚੋਂ ਵੱਖ ਵੱਖ ਏਰੀਆ 'ਚੋਂ ਜਿਹੜੇ ਕੀ ਹੈ ਉਹਨੇ ਕਈ ਸਾਈਕਲ ਜਿਹੜੇ ਕੀ ਹੈ ਚੋਰੀ ਕੀਤੇ ਹੈ, ਜਿਸ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਅਤੇ ਉਹਦੀ ਨਿਸ਼ਾਨਦੇਹੀ ਦੇ ਦੌਰਾਨ ਪੁਲਿਸ ਨੇ 13 ਹੋਰ ਮਹਿੰਗੀਆਂ ਸਾਈਕਲਾਂ ਜਿਹੜੀ ਕੀ ਹੈ ਉਹਦੇ ਕੋਲੋਂ ਬਰਾਮਦ ਕੀਤੀਆਂ ਗਈਆਂ। ਫਾਇਰਫੋਕਸ ਯਾਨੀ ਕਿ ਇਹ ਕੰਪਨੀ ਹੈ ਜਿਹੜੀ ਕਿ ਮਹਿੰਗੀ ਸਾਈਕਲਾਂ ਹੈ ਅਤੇ ਹੋਰ ਵੀ ਕਈ ਮਹਿੰਗੀਆਂ ਕੰਪਨੀ ਦੀਆਂ ਸਾਈਕਲਾਂ ਜਿਹੜੀਆਂ ਕੀ ਹੈ ਉਹਦੇ ਕੋਲੋਂ ਹੁਣ ਕੁੱਲ 14 ਜਿਹੜੀਆਂ ਕੀ ਹੈ ਸਾਈਕਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਉਸ ਤੋਂ ਬਾਅਦ ਹੁਣ ਸਾਈਕਲਾਂ ਬਰਾਮਦ ਕਰਨ ਤੋਂ ਬਾਅਦ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਤੁਹਾਨੂੰ CCTV ਕੈਮਰੇ ਦੀ ਫੁਟੇਜ ਅਤੇ ਹੋਰ ਜਿਹੜੀ ਤਸਵੀਰਾਂ ਹੈ ਸਾਈਕਲਾਂ ਦੀ ਤਸਵੀਰਾਂ ਹੈ ਤੁਹਾਨੂੰ ਦੈਨਿਕ ਸਵੇਰਾ ਸਾਂਝੀਆਂ ਕਰ ਦਿੰਦਾ, ਤੁਸੀਂ ਸਕਰੀਨ 'ਤੇ ਉਹ ਸਾਈਕਲਾਂ ਦੇਖ ਸਕਦੇ ਹੋ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਤੁਹਾਨੂੰ ਕ੍ਰਾਈਮ ਦੇ ਸੰਬੰਧਿਤ ਪਲ ਪਲ ਦੀ ਖਬਰਾਂ ਅਪਡੇਟ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਸੈਕਟਰ 24 ਪੁਲਿਸ ਚੌਕੀ ਦੀ ਟੀਮ ਨੇ ਇੱਕ ਸ਼ਾਤਰ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜਿਹਦੇ ਕੋਲੋਂ ਇੱਕ ਦੋ ਨਹੀਂ ਬਲਕਿ ਮਹਿੰਗੀਆਂ 14 ਸਾਈਕਲਾਂ ਬਰਾਮਦ ਕੀਤੀਆਂ, ਜਿਹੜੀਆਂ ਕਿ ਉਸਨੇ ਚੰਡੀਗੜ੍ਹ ਦੇ ਵੱਖ ਵੱਖ ਏਰੀਆ 'ਚੋਂ ਚੋਰੀ ਕੀਤੀਆਂ ਸੀ। ਦਰਅਸਲ ਹਰਸ਼ ਗਾਂਧੀ ਨਾਮ ਦਾ ਇੱਕ ਸ਼ਖਸ ਸੀ ਜਿਹੜਾ ਸੈਕਟਰ 38 ਦਾ ਰਹਿਣ ਵਾਲਾ ਸੀ। ਉਹ 6 ਨਵੰਬਰ ਦੁਪਹਿਰੇ 12 ਕੁ ਵਜੇ ਸੈਕਟਰ 25 ਦੇ UIET 'ਚ ਜਾਂਦਾ ਹੈ ਅਤੇ ਜਦੋਂ ਸ਼ਾਮ ਨੂੰ ਆਪਣਾ ਕੰਮ ਖਤਮ ਕਰਨ ਤੋਂ ਬਾਅਦ 5 ਵਜੇ ਦੇ ਕਰੀਬ ਵਾਪਸ ਜਾਣ ਲੱਗਦਾ ਹੈ ਤਾਂ ਉਹ ਦੇਖਦਾ ਵੀ ਉਹਦੀ ਸਾਈਕਲ ਉੱਥੋਂ ਦੀ ਗਾਇਬ ਹੈ, ਜਿਸ ਤੋਂ ਬਾਅਦ ਉਹ ਪੁਲਿਸ ਕੰਟਰੋਲ ਰੂਮ 'ਤੇ ਇਤਲਾਹ ਦਿੰਦਾ ਹੈ ਅਤੇ ਪੁਲਿਸ ਨੇ ਉਹਦੇ ਬਿਆਨਾਂ 'ਤੇ 7 ਨਵੰਬਰ ਨੂੰ ਜਿਹੜੀ ਕੀ ਹੈ ਅਣਪਛਾਤੇ ਵਿਅਕਤੀ ਦੇ ਖਿਲਾਫ ਇੱਕ FIR ਦਰਜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਖੰਗਾਲੇ ਅਤੇ ਇੱਕ ਕੈਮਰੇ ਵਿੱਚ ਉਸਦੀ ਇੱਕ ਵੀਡੀਓ ਸਾਹਮਣੇ ਆ ਗਈ ਸੀ ਜਿਸ ਵਿੱਚ ਉਹ ਸਾਈਕਲ ਚੋਰੀ ਕਰਦਾ ਹੋਇਆ ਲੈ ਜਾ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਸੈਕਟਰ 24 ਪੁਲਿਸ ਚੌਕੀ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਸੁਪਰਵਿਜ਼ਨ ਵਿੱਚ ਪੁਲਿਸ ਨੇ ਕਈ ਟੀਮਾਂ ਬਣਾਈਆਂ ਅਤੇ ਪੁਲਿਸ ਨੇ ਹੋਰ ਵੀ CCTV ਕੈਮਰੇ ਖੰਗਾਲੇ, ਜਿਸ ਤੋਂ ਬਾਅਦ ਪੁਲਿਸ ਨੇ ਕਾਮਯਾਬੀ ਹਾਸਲ ਕਰਦਿਆਂ ਹੋਇਆ ਕੈਥਲ ਦੇ ਰਹਿਣ ਵਾਲੇ ਸੱਤਿਆਵਾਨ ਨੂੰ ਹਰਸ਼ ਗਾਂਧੀ ਦੇ ਚੋਰੀ ਦੇ ਸਾਈਕਲ ਦੇ ਨਾਲ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਹਨੂੰ ਕੋਰਟ 'ਚ ਪੇਸ਼ ਕੀਤਾ। ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਉਹਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਅਤੇ ਰਿਮਾਂਡ ਦੇ ਦੌਰਾਨ ਪੁਲਿਸ ਦੇ ਸਾਹਮਣੇ ਉਸਨੇ ਕਈ ਖੁਲਾਸੇ ਕੀਤੇ ਵੀ ਉਸਨੇ ਚੰਡੀਗੜ੍ਹ ਤੋਂ ਹੋਰ ਵੀ ਕਈ ਏਰੀਏ 'ਚੋਂ ਵੱਖ ਵੱਖ ਏਰੀਆ 'ਚੋਂ ਜਿਹੜੇ ਕੀ ਹੈ ਉਹਨੇ ਕਈ ਸਾਈਕਲ ਜਿਹੜੇ ਕੀ ਹੈ ਚੋਰੀ ਕੀਤੇ ਹੈ, ਜਿਸ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਅਤੇ ਉਹਦੀ ਨਿਸ਼ਾਨਦੇਹੀ ਦੇ ਦੌਰਾਨ ਪੁਲਿਸ ਨੇ 13 ਹੋਰ ਮਹਿੰਗੀਆਂ ਸਾਈਕਲਾਂ ਜਿਹੜੀ ਕੀ ਹੈ ਉਹਦੇ ਕੋਲੋਂ ਬਰਾਮਦ ਕੀਤੀਆਂ ਗਈਆਂ। ਫਾਇਰਫੋਕਸ ਯਾਨੀ ਕਿ ਇਹ ਕੰਪਨੀ ਹੈ ਜਿਹੜੀ ਕਿ ਮਹਿੰਗੀ ਸਾਈਕਲਾਂ ਹੈ ਅਤੇ ਹੋਰ ਵੀ ਕਈ ਮਹਿੰਗੀਆਂ ਕੰਪਨੀ ਦੀਆਂ ਸਾਈਕਲਾਂ ਜਿਹੜੀਆਂ ਕੀ ਹੈ ਉਹਦੇ ਕੋਲੋਂ ਹੁਣ ਕੁੱਲ 14 ਜਿਹੜੀਆਂ ਕੀ ਹੈ ਸਾਈਕਲਾਂ ਬਰਾਮਦ ਕੀਤੀਆਂ ਗਈਆਂ।
ਪੁਲਿਸ ਨੇ ਉਸ ਤੋਂ ਬਾਅਦ ਹੁਣ ਸਾਈਕਲਾਂ ਬਰਾਮਦ ਕਰਨ ਤੋਂ ਬਾਅਦ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਹੋਰ ਜਿਹੜੀ ਤਸਵੀਰਾਂ ਹੈ ਸਾਈਕਲਾਂ ਦੀ ਤਸਵੀਰਾਂ ਹੈ ਤੁਹਾਨੂੰ ਦੈਨਿਕ ਸਵੇਰਾ ਸਾਂਝੀਆਂ ਕਰ ਦਿੰਦਾ, ਤੁਸੀਂ ਸਕਰੀਨ 'ਤੇ ਉਹ ਸਾਈਕਲਾਂ ਦੇਖ ਸਕਦੇ ਹੋ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਤੁਹਾਨੂੰ ਕ੍ਰਾਈਮ ਦੇ ਸੰਬੰਧਿਤ ਪਲ ਪਲ ਦੀ ਖਬਰਾਂ ਅਪਡੇਟ ਕਰਦੇ ਰਹਾਂਗੇ।